ਮੈਨੂੰ ਕੀ ਸਵਾਹ ਪਤਾ ਸੀ ਕਿ ਇਦਾਂ ਦਾ ਵੀ ਕੋਈ ਸਿਆਪਾ ਹੁੰਦਾ ਹੈ। ਇੱਕ ਦਿਨ ਸਵੇਰੇ ਬੈਂਕ ਤੋਂ ਫੋਨ ਆਇਆ, ਕਹਿੰਦੇ ਤੁਹਾਡੇ ਅਕਾਊਂਟ 'ਚ ਵਾਇਰਸ ਆ ਗਿਆ ਹੈ ਤੇ ਉਹਨੂੰ ਠੀਕ ਕਰਨ ਲਈ ਤੁਹਾਡੀ ਡਿਟੇਲ ਚਾਹੀਏ। ਨਾ ਪਤਾ, ਫੋਨ ਨੰਬਰ, ਅਕਾਊਂਟ ਨੰਬਰ, ਕਾਰਡ ਨੰਬਰ, ਪਾਸਵਰਡ ਸਭ ਪੁੱਛ ਲਿੱਤਾ ਤੇ ਮੈਂ ਚੱਲੀ ਭਰੋਸੇ 'ਚ ਆ ਕੇ ਸਭ ਕੁਝ ਦੱਸਦੀ ਗਈ। ਫਿਰ ਸ਼ਾਮੀ ਮੇਰੇ ਅਕਾਊਂਟ ਤੋਂ 13 ਲੱਖ ਰੁਪਈਏ ਨਿਕਲ ਗਏ। ਹੋ ਜੀ, ਆਪਣੇ ਆਪ ਨੂੰ ਫਿੱਟੇ ਮੂੰਹ ਕੀਤਾ, ਜ਼ਿੰਦਗੀ ਭਰ ਦੀ ਕਮਾਈ ਕੋਈ ਸਾਹਮਣੇ ਸਾਹਮਣੇ ਲੁੱਟ ਕੇ ਲੈ ਗਿਆ। ਪੁਲਿਸ ਕੋਲ ਗਈ, FIR ਲਿਖਾਈ ਤੇ ਦਿੱਲੀ ਪੁਲਿਸ ਨੇ ਮੈਨੂੰ ਪੁੱਛਿਆ ਕਿ ਤੁਸੀਂ ਜ਼ਰੂਰ ਆਪਣੀ ਕੋਈ ਡਿਟੇਲ ਕਿਸੇ ਨਾਲ ਸ਼ੇਅਰ ਕੀਤੀ ਹੋਏਗੀ ਤੇ ਉਸਨੇ ਡਿਟੇਲ ਨੂੰ ਯੂਜ਼ ਕਰਕੇ ਤੁਹਾਡੇ ਅਕਾਊਂਟ 'ਚੋਂ ਪੈਸਾ ਕੱਢ ਲਿਆ। ਪੁਲਿਸ ਵਾਲੇ ਤਾਂ ਜੀ ਬੜੇ ਹੀ ਚੰਗੇ ਬੰਦੇ ਨਿਕਲੇ। ਉਹਨਾਂ ਨੇ ਮੈਨੂੰ ਧੀਰਜ ਦਿੱਤਾ ਤੇ ਸਮਝਾਇਆ ਵੀ ਕਿ ਕਦੇ ਵੀ ਆਪਣੀ ਕੋਈ ਡਿਟੇਲ ਕਿਸੇ ਨਾਲ ਨਹੀਂ ਸ਼ੇਅਰ ਕਰਨੀ ਚਾਹੀਦੀ। ਪਰ ਜੀ, ਠੋਕਰ ਖਾ ਕੇ ਸਮਝੀ ਤਾਂ ਕੀ ਸਮਝੀ, ਪਰ ਤੁਸੀਂ ਪਹਿਲਾਂ ਤਾਂ ਹੀ ਸਮਝ ਜਾਓ। ਬੀ ਔਨਲਾਈਨ ਬਟ ਬੀ ਸੇਫ।